ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਖੁਰਦ ਵਿਖੇ ਮੰਗਲਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਾਟਾ 407 ਗੱਡੀ ਦੀ ਟੱਕਰ ਵੱਜਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਜਿੰਦਰ ਕੌਰ ਵਾਸੀ ਪਿੰਡ ਬਾਜਵਾ ਖੁਰਦ ਸਵੇਰੇ ਕਰੀਬ 9:30 ਵਜੇ ਪਿੰਡ 'ਚ ਡਾਕਟਰ ਪਾਸੋਂ ਦਵਾਈ ਲੈ ਕੇ ਵਾਪਸ ਆਪਣੇ ਘਰ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਾਟਾ 407 ਗੱਡੀ ਪਿੰਡ ਐਦਲਪੁਰ ਤੋਂ ਪਿੰਡ ਬਾਜਵਾ ਖੁਰਦ ਵੱਲ ਆ ਰਹੀ ਸੀ। ਪਿੰਡ ਬਾਜਵਾ ਖੁਰਦ ਪਹੁੰਚਣ 'ਤੇ ਟਾਟਾ 407 ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਪੈਦਲ ਆ ਰਹੀ ਬਲਜਿੰਦਰ ਕੌਰ ਨੂੰ ਘਸੀਟ ਕੇ ਅੱਗੇ ਇੱਟਾਂ ਦੇ ਲੱਗੇ ਚੱਕੇ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਬਲਜਿੰਦਰ ਕੌਰ ਇੱਟਾਂ ਦੇ ਚੱਕੇ ਅਤੇ ਟਾਟਾ 407 ਗੱਡੀ ਵਿੱਚ ਬੁਰੀ ਤਰ੍ਹਾਂ ਨਾਲ ਪਿਸ ਗਈ। ਹਾਦਸੇ ਉਪਰੰਤ ਗੱਡੀ ਚਾਲਕ ਗੱਡੀ ਛੱਡ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਇਕੱਠੇ ਹੋ ਕੇ ਗੰਭੀਰ ਜ਼ਖਮੀ ਬਲਜਿੰਦਰ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖਲ ਕਰਵਾਇਆ ਅਤੇ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ। ਜ਼ਖਮੀ ਬਲਜਿੰਦਰ ਕੌਰ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰੀ ਟੀਮ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ, ਜਿੱਥੇ ਜ਼ਖਮਾਂ ਦੀ ਤਾਪ ਨਾ ਸਹਾਰਦੇ ਹੋਏ ਜ਼ਖਮੀ ਬਲਜਿੰਦਰ ਕੌਰ ਨੇ ਦਮ ਤੋੜ ਦਿੱਤਾ। ਕੱਲ੍ਹ ਕਰੀਬ 9:30 ਵਜੇ ਬਾਜਵਾ ਖੁਰਦ ਦੀ ਇੱਕ ਲੇਡੀਜ਼ ਬਲਵਿੰਦਰ ਕੌਰ ਵਾਈਫ ਔਰ ਚਰਨ ਸਿੰਘ ਕਲੀਨਿਕ ਤੋਂ ਦਵਾਈ ਲੈ ਕੇ ਬਾਹਰ ਨਿਕਲੀ ਅਤੇ ਐਦਲਪੁਰ ਵੱਲੋਂ ਇੱਕ ਦੁੱਧ ਵਾਲਾ ਟਾਟਾ 407 ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਹਦਾ ਡਰਾਈਵਰ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਨੂੰ ਲੈ ਕੇ ਆਇਆ। ਉਹ ਬਲਵਿੰਦਰ ਕੌਰ ਦੇ ਵਿੱਚ ਗੱਡੀ ਲੱਗੀ, ਜਿਹਦੇ ਨਾਲ ਉਹ ਲਾਗੇ ਇੱਟਾਂ ਦਾ ਚੱਕਾ ਲੱਗਾ ਸੀ ਉਹਦੇ ਵਿੱਚ ਵੱਜੀ ਅਤੇ ਦੋਨਾਂ ਗੱਡੀ ਅਤੇ ਇੱਟਾਂ ਦੇ ਚੱਕੇ ਦੇ ਵਿੱਚ ਵਿਚਕਾਰ ਆ ਗਈ, ਜਿਸ ਕਾਰਨ ਉਹਦੀ ਇਲਾਜ ਦੌਰਾਨ ਸਿਵਲ ਹਸਪਤਾਲ ਜਲੰਧਰ ਮੌਤ ਹੋ ਗਈ ਆ। ਜਿਸ ਸੰਬੰਧੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਆ ਅਮਲ 'ਚ ਲਿਆਉਂਦੀ ਜਾ ਰਹੀ ਹੈ ਅਤੇ ਦੋਸ਼ੀ ਦੀ ਭਾਲ ਜਾ ਰਹੀ ਹੈ। ਅਤੇ ਸਰ ਡੈੱਡ ਬੋਡੀ ਜਿਹੜੀ ਉੱਥੇ ਅੱਜ ਪੋਸਟਮਾਰਟਮ ਕਰਾਉਣ ਵਾਸਤੇ ਪੁਲਿਸ ਗਈ ਹੋਈ ਹੈ ਅਤੇ ਬਾਅਦ ਪੋਸਟਮਾਰਟਮ ਜਿਹੜੀ ਡੈੱਡ ਬੋਡੀ ਆ ਉਹ ਵਾਸਤਾ ਹਵਾਲੇ ਕਰ ਦਿੱਤੀ ਜਾਵੇ। ਸ਼ਾਹਕੋਟ ਤੋਂ ਆਜ਼ਾਦ ਸੱਦੇਵਾ ਦੀ ਰਿਪੋਰਟ।